ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸ਼ੈਨ ਰਾਹੀ ਆਰ ਐਸ ਗਲੋਬਲ ਇਮੀਗ੍ਰੇਸ਼ਨ ਤੋਂ। ਕੈਨੇਡਾ ਕਿਹੋ ਜਿਹਾ ਮੁਲਕ ਆ ਜਿਹੜੀ ਇਮੀਗ੍ਰੈਂਸੀ ਕੰਟਰੀ ਕਹਾਉਂਦਾ, ਐਂਡ ਹਰ ਸਾਲ ਉਹਨੂੰ ਕਈ ਤੁਹਾਡੇ ਵਰਗੇ ਇਹੋ ਜਿਹੇ ਸੈਲਫ ਇੰਪਲੋਇਡ ਸਕਿੱਲਡ ਵਰਕਰ ਦੀ ਲੋੜ ਹੁੰਦੀ ਹੈ ਜੋ ਉਹਨਾਂ ਦੀ ਦੇਸ਼ ਵਿੱਚ ਉਹਨਾਂ ਦੀ ਜਿਹੜੀ ਲੋੜ ਪੂਰੀ ਕਰ ਸਕਣ, ਇੰਪਲੋਇਮੈਂਟ ਵੀਜ਼ੇ ਦੇ ਬੇਸਿਸ 'ਤੇ ਜਾਂ ਐਂਟਰਪ੍ਰਨਿਓਰ ਵੀਜ਼ਾ ਦੇ ਬੇਸਿਸ 'ਤੇ ਜਾਂ ਵਿਜ਼ਟਰ ਵੀਜ਼ਾ ਦੇ ਬੇਸਿਸ 'ਤੇ ਜਾਂ ਪੱਕੇ ਤੌਰ 'ਤੇ ਪਰਿਵਾਰ ਨਾਲ ਪੀਆਰ ਲੈਣਾ ਚਾਹੁੰਦੇ ਹੋ ਤਾਂ ਆਹ ਵੀਡੀਓ ਤੁਹਾਡੇ ਲਈ ਹੈ। ਕੋਈ ਵੀ ਐਪਲੀਕੈਂਟ ਜਿਹੜਾ 12ਵੀਂ ਪਾਸ ਹੈ, ਜਿਹਦੇ ਕੋਲ ਇੰਡੀਆ ਵਿੱਚ ਪਿਛਲੇ 5 ਸਾਲ ਦਾ ਐਂਟਰਪ੍ਰਨਿਓਰ ਦਾ ਯਾਨੀ ਕਿ ਸੈਲਫ ਕਾਰੋਬਾਰੀ ਦਾ ਉਹਦੇ ਕੋਲ ਤਜਰਬਾ ਹੈ ਔਰ ਉਹਦੀ ਉਮਰ 25 ਸਾਲ ਤੋਂ ਲੈ ਕੇ 55 ਸਾਲ ਦੇ ਦਰਮਿਆਨ ਹੈ, ਉਹ ਕੈਨੇਡਾ ਵਿੱਚ ਪੱਕੇ ਤੌਰ 'ਤੇ ਆਪਣੇ ਪਰਿਵਾਰ ਨਾਲ ਜਾ ਸਕਦਾ ਹੈ। ਉੱਥੇ ਜਾ ਕੇ ਵਿਨੀਪੈਗ ਦੇ ਵਿੱਚ ਉਹਨੇ ਪੈਸੇ ਇਨਵੈਸਟ ਕਰਨੇ ਆ 2 ਸਾਲਾਂ ਦੇ ਵਿੱਚ। 2 ਸਾਲਾਂ ਵਿੱਚ ਉਹਨੇ ਜਾਂ ਤਾਂ ਵਿਨੀਪੈਗ ਵਿੱਚ $2.5 ਲੱਖ ਇਨਵੈਸਟ ਕਰਨਾ ਜਾਂ ਵਿਨੀਪੈਗ ਤੋਂ ਬਾਹਰ $1.5 ਲੱਖ ਇਨਵੈਸਟ ਕਰਨਾ। ਇੱਥੇ ਇੰਡੀਆ 'ਚ $5 ਲੱਖ ਦੀ ਨੈੱਟਵਰਕ ਹੋਣੀ ਲਾਜ਼ਮੀ ਹੈ। ਤਕਰੀਬਨ 6 ਮਹੀਨੇ ਤੋਂ ਲੈ ਕੇ 9 ਮਹੀਨੇ ਦਾ ਪੂਰਾ ਪ੍ਰੋਸੈਸ ਹੈ। ਆਪਣੇ ਪਰਿਵਾਰ ਨਾਲ ਐਂਟਰਪ੍ਰਨਿਓਰ ਦੇ ਬੇਸਿਸ 'ਤੇ ਪੱਕੇ ਤੌਰ 'ਤੇ ਕੈਨੇਡਾ ਦੀ ਪੀਆਰ ਲੈਣਾ ਚਾਹੁੰਦੇ ਹੋ ਤਾਂ ਮੇਰੀ ਐਕਸਪਰਟ ਟੀਮ ਨਾਲ ਮਿਲਿਆ ਜਾ ਸਕਦਾ ਹੈ। ਵਿਦਆਊਟ ਅਪਾਇੰਟਮੈਂਟ ਐਂਟਰਟੇਨ ਨਹੀਂ ਕੀਤਾ ਜਾਏਗਾ। ਸੋਰੀ ਟੂ ਸੇ 70509 70509 ਇਸ ਨੰਬਰ 'ਤੇ ਕਾਲ ਕਰਕੇ ਜਾਂ ਫਿਰ ਆਪਣਾ CV ਵਟਸਐਪ ਭੇਜ ਕੇ ਆਪਣੀ ਪਹਿਲਾਂ ਅਸੈਸਮੈਂਟ ਕਰਾਉਣ ਦੀ ਲੋੜ ਹੈ। ਉਸ ਤੋਂ ਬਾਅਦ ਮੇਰੀ ਜਿਹੜੀ ICCRC ਮੈਂਬਰ ਦੀ ਟੀਮ ਹੈ ਉਹ ਤੁਹਾਨੂੰ ਅਪਾਇੰਟਮੈਂਟ ਦੇਵੇਗੀ। ਤੁਸੀਂ ਸਾਡੇ ਜਿਹੜਾ ਵੀ ਨੇੜਲੀ ਬ੍ਰਾਂਚ ਹੈ ਜਲੰਧਰ, ਮੋਹਾਲੀ ਜਾਂ ਨਵਾਂਸ਼ਹਿਰ, ਉਹਨਾਂ ਦਫ਼ਤਰਾਂ 'ਚ ਆ ਕੇ ਆਪਣੇ ਪਰਿਵਾਰ ਸਮੇਤ ਪੱਕੇ ਤੌਰ 'ਤੇ ਕੈਨੇਡਾ ਕਿਵੇਂ ਜਾ ਸਕਦੇ ਹੋ, ਆਪਣੀ ਅਸੈਸਮੈਂਟ ਕਰਾ ਕੇ ਇੱਕ ਚੰਗੇ ਭਵਿੱਖ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।